ਆ ਮੇਨ ਐਂਟਰੈਂਸ ਆ ਗੁਰਦੁਆਰੇ ਦਾ। ਉਧਰਲੇ ਪਾਸੇ ਹਾਲ ਵਗੈਰਾ ਬਣਿਆ ਹੋਇਆ, ਪਾਠ ਵਗੈਰਾ, ਮੈਰਿਜ ਸਾਰੇ ਕਾਸੇ ਲਈ। ਇਹ ਹੈਗਾ ਇਤਿਹਾਸ, ਇਹਨੂੰ ਤੁਸੀਂ ਪੌਜ਼ ਕਰਕੇ ਦੇਖ ਸਕਦੇ ਹੈਗੇ। ਸਾਡੇ ਪਿੰਡ ਦੀ ਲੇਕ ਨਾਲ ਹੀ ਗੁਰਦੁਆਰਾ, ਗੁਰਦੁਆਰੇ ਦੇ ਨਾਲ ਹੀ ਬਹੁਤ ਹੀ ਜ਼ਿਆਦਾ ਸੋਹਣੀ ਹੈ। ਇੱਥੇ ਸੁਬਹਾ ਸ਼ਾਮ ਲੋਕੀ ਸੈਰ ਕਰਨ ਆ ਰਹੇ ਆ। ਸਰਦੀਆਂ ਟਾਈਮ ਤਾਂ ਸਾਰਾ ਦਿਨ ਇਹਦੇ ਵਿੱਚ ਮੱਛੀਆਂ ਵੀ ਆ ਅਤੇ ਮੱਛੀਆਂ ਦਾ ਕੰਟਰੈਕਟ ਵੀ ਦਿੱਤਾ ਹੋਇਆ। ਉਹ ਸਾਡੇ ਦੇਖੋ ਮੱਛੀਆਂ ਫੜਦੇ ਆ। ਅਤੇ ਜਿਹੜੀ ਆਹ ਵਾਲੀ ਜਗ੍ਹਾ ਹੈਗੀ ਆ ਨਾ, ਇਹ ਵਾਲਾ ਨਿਸ਼ਾਨ ਸਾਹਿਬ ਆ, ਇੱਥੇ ਇਤਿਹਾਸ ਮੁਤਾਬਿਕ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਘੁੱਗ ਇੱਥੇ ਹੀ ਆ ਹੈ ਨਾ, ਉਹ ਇੱਥੇ ਸੀਗਾ। ਇੱਥੇ ਇੱਥੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਆਏ ਸੀਗੇ। ਇਹ ਸਾਰੇ ਲੇਕ ਤੇ ਦਰਖਤ ਲੱਗੇ ਹੋਏ ਆ। ਆਹ ਦੇਖੋ ਵਿੱਚ ਮੱਛੀਆਂ ਫੜ ਰਹੇ ਆ। ਇੱਥੇ ਲੱਗੇ ਹੋਏ ਆ ਝੂਲੇ।
ਵੈਸੇ ਹਜੇ ਥੋੜਾ ਟਾਈਮ ਹੀ ਹੋਇਆ ਤੇ ਹਨਾ ਆਪਣੇ ਨਾਲ ਬੋਟਿੰਗ ਕਰਦੇ ਹੈਗੇ ਆ ਆ ਝੂਲੇ ਬੱਚਿਆਂ ਵਾਸਤੇ ਆ ਵੀ ਸ਼ਾਮ ਦੇ ਟਾਈਮ ਵੱਡੇ ਬਜ਼ੁਰਗ ਸਾਰੇ ਇੱਥੇ ਆ ਕੇ ਬੈਠੇ ਰਹਿੰਦੇ ਹੈਗੇ ਆ ਨਾਲੇ ਸੈਰ ਵਗੈਰਾ ਕਰ ਲੈਂਦੇ ਆ ਸੁਬਹ ਦੇ ਟਾਈਮ ਵੀ ਸ਼ਾਮ ਦੇ ਟਾਈਮ ਵੀ ਨਾਲੇ ਲੋਕ ਮੱਥਾ ਟੇਕ ਜਾਂਦੇ ਆ ਅਤੇ ਨਾਲੇ ਲੇਕ 'ਤੇ ਆਪਦੀ ਕਸਰਤ ਵਗੈਰਾ 'ਤੇ ਘੁੰਮਦੇ ਫਿਰਦੇ ਆ ਦੂਜੇ ਤੀਜੇ ਦਿਨ ਪਾਣੀ ਬਦਲਿਆ ਜਾਂਦਾ ਇਹਦੇ 'ਚ ਤਿੰਨ ਚਾਰ ਕਰਮਚਾਰੀ ਇਹਦੇ 'ਤੇ ਸਫਾਈ 'ਤੇ ਵੀ ਰੱਖੇ ਹੋਏ ਆ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਹੈ ਲੇਕ ਨਾਲ ਹੀ ਸਕੂਲ ਆ ਗੁਰਦੁਆਰਾ ਡਿਸਪੈਂਸਰੀ ਦਾ ਇੱਕ ਗੇਟ ਲੇਕ ਨਹੀਂ ਵੀ ਖੁੱਲ੍ਹਦਾ ਹੈਗਾ